ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦਾ ਸਰਵਰ ਹੋਇਆ ਸੀ ਡਾਊਨ, ਯੂਜ਼ਰ ਨੂੰ ਕਰਨਾ ਪਿਆ ਸੀਗਾ ਸਾਹਮਣਾ। ਜੇ ਤੁਹਾਨੂੰ ਵੀ ਕੱਲ੍ਹ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਯੈਸ ਜ਼ਰੂਰ ਲਿਖਿਓ। ਸੋਸ਼ਲ ਨੈੱਟਵਰਕ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦਾ ਕੱਲ੍ਹ ਸਰਵਰ ਡਾਊਨ ਹੋ ਗਿਆ, ਜਿਸ ਕਾਰਨ ਕਰੋੜਾਂ ਯੂਜ਼ਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਸਰਵਰ ਦੇ ਬੰਦ ਹੋਣ ਦੇ ਕਾਰਨ ਲੋਕਾਂ ਨੂੰ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਕਰਨ ਦੇ ਵਿੱਚ ਅਸਮਰੱਥ ਰਹੇ। ਇੰਸਟਾਗ੍ਰਾਮ, ਫੇਸਬੁੱਕ ਵੈਬਸਾਈਟਾਂ ਵੈਬ ਬਰਾਊਜ਼ਰ 'ਤੇ ਨਹੀਂ ਖੁੱਲ੍ਹ ਰਹੀਆਂ ਸਨ। ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਵੈਬਸਾਈਟਾਂ ਦੇ ਬਹੁਤ ਸਾਰੇ ਉਪਯੋਗਤਾ ਆਊਟੇਜ ਦੀ ਰਿਪੋਰਟ ਕਰ ਰਹੇ ਸਨ ਅਤੇ 4 ਅਕਤੂਬਰ ਨੂੰ ਭਾਰਤ ਵਿੱਚ ਘੱਟੋ ਘੱਟ ਰਾਤ 9:20 ਤੋਂ ਬਾਅਦ ਇਹ ਸਾਰੀ ਸਮੱਸਿਆ ਜਿਹੜੀ ਪੈਦਾ ਹੋਈ ਅਤੇ 6 ਘੰਟੇ ਲਗਾਤਾਰ ਪ੍ਰੋਬਲਮ ਰਹੀ। ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਮੁੜ ਬਹਾਲ ਹੋ ਗਏ ਨੇ, ਪਰ ਟਵਿੱਟਰ ਨੇ ਇਸ ਮਾਮਲੇ ਦੇ ਉੱਤੇ ਚੁਟਕੀ ਲਈ ਆ। ਕੱਲ੍ਹ ਰਾਤ ਵੈੱਬ ਜਾਂ ਸਮਾਰਟਫੋਨਾਂ ਦੇ ਇਹ ਚੱਲਣੇ ਬੰਦ ਹੋ ਗਏ ਸੀਗੇ। ਡਾਊਨ ਡਿਟੈਕਟਰ ਇਸ ਬੰਦ ਨੂੰ ਟਰੈਕ ਕਰਦਾ ਰਿਹਾ। ਉਸਦਾ ਕਹਿਣਾ ਹੈ ਕਿ 10.6 ਮਿਲੀਅਨ ਲੋਕਾਂ ਨੂੰ ਸਮੱਸਿਆ ਆਈ ਆ। ਹੁਣ ਤੱਕ ਇਹ ਸਭ ਤੋਂ ਵੱਡਾ ਫੇਲੀਅਰ ਸੀ। 6000 ਕਰੋੜ ਰੁਪਏ ਦੀ ਡਰੱਗ ਰੈਕਟ ਮਾਮਲੇ ਦੇ ਵਿੱਚ ਸੁਣਵਾਈ ਹਾਈਕੋਰਟ ਦੇ ਵਿੱਚ ਅੱਜ। 6000 ਕਰੋੜ ਦੇ ਡਰੱਗ ਰੈਕਟ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਵੇਂ ਬੈਂਚ ਦੇ ਸਾਹਮਣੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਚੀਫ ਜਸਟਿਸ ਨੇ ਸੁਣਵਾਈ ਦੇ ਲਈ ਨਵੇਂ ਸਿਰੇ ਤੋਂ ਸਪੈਸ਼ਲ ਬੈਂਚ ਗਠਿਤ ਕਰ ਦਿੱਤਾ। ਐਡਵੋਕੇਟ ਨਵਕਿਰਨ ਸਿੰਘ ਨੇ ਛੇਤੀ ਹੀ ਕੇਸ ਦੇ ਵਿੱਚ ਸੁਣਵਾਈ ਅਤੇ SIT ਦੀ ਸੀਲਬੰਦ ਜਾਂਚ ਰਿਪੋਰਟ ਨੂੰ ਖੋਲ੍ਹਣ ਦੀ ਮੰਗ ਕਰਦੇ ਹੋਏ ਅਰਜ਼ੀ ਦਿੱਤੀ ਸੀ। ਇਸ ਤੋਂ ਪਹਿਲਾਂ ਅਰਜ਼ੀ 'ਤੇ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਦੀ ਸਪੈਸ਼ਲ ਬੈਂਚ ਦੀ ਸੁਣਵਾਈ ਚੱਲ ਰਹੀ ਸੀ। ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਦੇ ਸਕਦੀ ਆ ਵੱਡਾ ਤੋਹਫ਼ਾ, ਵਧੇਗੀ ਤਨਖਾਹ। 48 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ, 65 ਲੱਖ ਪੈਨਸ਼ਨਰਾਂ ਦੇ ਲਈ ਸਰਕਾਰ ਮਹਿੰਗਾਈ ਭੱਤੇ ਅਤੇ DA ਦੀ ਲੱਗੀ ਰੋਗ ਨੂੰ ਹਟਾਉਣ ਦਾ ਫੈਸਲਾ ਕੀਤਾ। ਕੋਰੋਨਾ ਦੇ ਸਮੇਂ ਦੌਰਾਨ ਸਰਕਾਰ ਨੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਨੂੰ 1.5 ਸਾਲ ਦੇ ਲਈ ਰੋਕ ਦਿੱਤਾ ਸੀ। ਹੁਣ ਮੋਦੀ ਸਰਕਾਰ ਕਰਮਚਾਰੀਆਂ ਨੂੰ ਤਿਉਹਾਰਾਂ ਦੇ ਮੌਸਮ ਵਿੱਚ ਇੱਕ ਹੋਰ ਤੋਹਫ਼ਾ ਦੇ ਸਕਦੀ ਆ। ਦੋਸਤੋ, 6 ਘੰਟਿਆਂ ਦੇ ਬਾਅਦ ਵਟਸਐਪ, ਇੰਸਟਾਗ੍ਰਾਮ ਚਾਲੂ ਹੋ ਗਏ ਨੇ, ਪਰ ਲੋਕਾਂ ਨੂੰ ਹਾਲੇ ਵੀ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ। 6 ਘੰਟੇ ਤੋਂ ਇਹ ਸਮੱਸਿਆ ਜਿਹੜੀ ਰਹੀ ਆ। ਕੰਪਨੀ ਦਾ ਕਹਿਣਾ ਹੈ ਕਿ ਸਮੱਸਿਆ ਨੂੰ ਪੂਰੀ ਤਰ੍ਹਾਂ ਹੱਲ ਹੋਣ ਦੇ ਵਿੱਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਫੇਸਬੁੱਕ ਨੇ ਕਿਹਾ, ਸਾਨੂੰ ਖੇਡ ਹੈ ਕਿ ਦੁਨੀਆ ਭਰ ਦੇ ਲੋਕਾਂ ਅਤੇ ਵਪਾਰ ਸਾਡੇ 'ਤੇ ਨਿਰਭਰ ਆ ਅਤੇ ਅਸੀਂ ਆਪਣੀਆਂ ਐਪਸ ਅਤੇ ਸੇਵਾਵਾਂ ਨੂੰ ਮੁੜ ਬਹਾਲ ਕਰਨ ਦੇ ਵਿੱਚ ਲੱਗੇ ਹੋਏ ਹਾਂ। ਟੈਕਸ ਹੈਵਨਜ਼ ਵਾਲੀ ਜਾਇਦਾਦ ਵੇਚਣ 'ਚ ਲੱਗੇ ਸੀ ਸਚਿਨ ਤੈਂਦੂਲਕਰ, ਜਾਣੋ ਪਨਾਮਾ ਪੇਪਰ ਤੋਂ ਬਾਅਦ ਨਿਕਲਿਆ ਕਾਲਾ ਧਨ ਲੁਕਾਉਣ ਲਈ ਕਿਹੜੀ ਸੀ ਤਰਤੀਬ। ਸੋ 5 ਸਾਲ ਪਹਿਲਾਂ ਪਨਾਮਾ ਪੇਪਰ ਲੀਕ ਦੀ ਸਾਰੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ। ਵੱਡੀਆਂ ਵੱਡੀਆਂ ਹਸਤੀਆਂ ਦੀਆਂ ਫਰਜ਼ੀ ਕੰਪਨੀਆਂ 'ਤੇ ਟੈਕਸ ਚੋਰੀ ਦੀ ਸੱਚਾਈ ਸਾਹਮਣੇ ਆਈ ਸੀ। ਇੱਕ ਵਾਰ ਫਿਰ ਇੰਟਰਨੈਸ਼ਨਲ ਕੰਸਟੋਰੀਅਮ ਆਫ ਇਨਵੈਸਟੀਗੇਸ਼ਨ ਜਰਨਲਿਸਟ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਪੂਰੀ ਖੇਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਭਾਰਤੀ ਹਸਤੀਆਂ ਨੇ ਇਸ ਦਾ ਤੋੜ ਕੱਢਣਾ ਸ਼ੁਰੂ ਕਰ ਦਿੱਤਾ। ਦੁਨੀਆ ਭਰ ਦੇ 1.19 ਕਰੋੜ ਦਸਤਾਵੇਜ਼ਾਂ ਨੂੰ ਖੰਗਾਲਣ ਤੋਂ ਬਾਅਦ ਵਿੱਤੀ ਰਹੱਸਾਂ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਗਿਆ। ICIJ ਨੇ ਦੱਸਿਆ ਕਿ ਪੈਂਡੋਰਾ ਪੇਪਰ ਦੀ ਜਾਂਚ 117 ਦੇਸ਼ਾਂ 'ਚੋਂ 600 ਰਿਪੋਰਟਰ ਲੱਗੇ ਹੋਏ ਹਨ। ਕਿਵੇਂ ਵਾਪਰੀ ਦਿਲ ਦਹਿਲਾਓ ਲਖਮੀਪੁਰ ਖੇੜੀ ਦੀ ਘਟਨਾ, ਹੁਣ ਤੱਕ ਕੀ ਹੋਇਆ। ਸੋ ਉੱਤਰ ਪ੍ਰਦੇਸ਼ ਦੇ ਲਖਮੀਪੁਰ ਜ਼ਿਲ੍ਹੇ ਦੇ ਵਿੱਚ ਐਤਵਾਰ ਨੂੰ ਹੋਈ ਹਿੰਸਾ ਦੀ ਘਟਨਾ ਤੋਂ ਬਾਅਦ ਹੁਣ ਕਿਸਾਨਾਂ ਦਾ ਵਿਰੋਧ ਬੰਦ ਹੋ ਜਾਵੇਗਾ। ਇਹ ਫੈਸਲਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਲਿਆ ਗਿਆ। ਰਾਜ ਦੇ ਗ੍ਰਹਿ ਮੰਤਰੀ ਅਜੇ ਮਿਸ਼ਰਾ, ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਿਸਾਨਾਂ ਦੇ ਸਮਰਥਕਾਂ ਦਰਮਿਆਨ ਹਿੰਸਾ ਝੜਪ ਦੇ ਵਿੱਚ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45 ਲੱਖ ਰੁਪਏ ਦੀ ਵਿੱਤੀ ਮਦਦ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 8 ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ। ਸੋਮਵਾਰ ਸਵੇਰੇ ਮੀਟਿੰਗ ਦੇ 2 ਦੌਰ ਤੋਂ ਬਾਅਦ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਾਲੇ ਸਮਝੌਤਾ ਹੋ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਲਾਸ਼ਾਂ ਦੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੋ ਸਰਕਾਰ ਦੇ ਵੱਲੋਂ ਸਾਰੇ ਮ੍ਰਿਤਕ ਵਾਰਸਾਂ ਨੂੰ 45-45 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। ਦੋਸ਼ ਹੈ ਕਿ ਆਸ਼ੀਸ਼ ਮਿਸ਼ਰਾ ਨੇ ਵਾਹਨ ਦੇ ਨਾਲ ਕਿਸਾਨਾਂ ਨੂੰ ਉਤਾੜਿਆ, ਇਸ ਤੋਂ ਬਾਅਦ ਹਿੰਸਾ ਫੈਲ ਗਈ। ਪੁਲਿਸ ਦੇ ਨਾਲ ਮੁਲਾਕਾਤ ਤੋਂ ਬਾਅਦ ਅੱਜ ਕਿਸਾਨ 4 ਮ੍ਰਿਤਕਾਂ ਦੀਆਂ ਅੰਤਿਮ ਰਸਮਾਂ ਲਈ ਸਹਿਮਤ ਹੋ ਗਏ ਨੇ। ਪੁਲਿਸ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਰਿਸ਼ਤੇਦਾਰਾਂ ਵੱਲੋਂ FIRs ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ। ਸੜਕਾਂ ਪੁੱਟਣ ਨਾਲ 100 ਕਰੋੜ ਦੇ ਕੰਮ 'ਤੇ ਫਿਰਿਆ ਪਾਣੀ, ਚੋਣਾਂ ਨੂੰ ਲੈ ਕੇ ਡਰੇ ਕਾਂਗਰਸੀ, ਵੱਡੀ ਖਬਰ ਆ। ਖਬਰ ਦੇ ਵੱਲ ਰੁਖ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਜੀ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ
वीडियो नूं वध तों वध शेयर करना ना भुल्यो दोस्तों। तुहाडा एक एक लाइक सबसक्राइब अते शेयर ही साडे लई मोटीवेशन दा काम करदा है। विधानसभा चोणां तों पहलां जद सरफेस वाटर प्रोजैक्ट दे लई शहरां दीआं मुख सड़कां नूं पट्टिआ जाणा सी तां जनता परेशान सी, सरकार हुण निशाने ते आ गई आ। हुण तां नगर निगम की नींद भी खुल गई आ। निगम की बी एड आर कमेटी के चेयरमैन जगदीश गग ने शहर दियां सारियां सड़कां पुट्टे जाण ते नाराजगी जाहर कीती आ। योगी सरकार की चिट्ठी यूपी दे विच पंजाबियां दी एंट्री बंद, उत्तर प्रदेश सरकार ने पंजाब सरकार नूं इस बारे पत्र भेजा। पंजाब दे किसानां नूं उत्तर प्रदेश के लखमीपुर खीरी दे विच आउण दी इजाजत ना दित्ती जावे। मुख्यमंत्री योगी आदित्यनाथ की अगवाई वाली यूपी सरकार के सकत्तर तरुण गाबा वालों लिखे पत्र विच कहा गया है कि लखमीपुर खीरी दे विच किसानां दी मौत तो बाद धारा 144 लाई गई। इस लई पंजाब सरकार नूं अपने किसानां नूं इजाजत नहीं देनी चाहीदी। इस दे नाल ही सोमवार नूं पंजाब दे उप मुख्यमंत्री सुखजिंदर सिंह रंधावा के हैलीकाप्टर नूं लखनऊ हैलीपैड ते उतरन नहीं दिता गया। इस तों बाद पंजाब दे मुख्यमंत्री चरणजीत चन्नी नूं खुद लखमीपुर खीरी जाण दा फैसला कीता ते यूपी सरकार नूं हैलीकाप्टर उतरन ते वापस उड़ान भरन की आग्या मंगी। मुख्यमंत्री चन्नी ने कहा कि वह इस दी दुख घड़ी दे विच लखीमपुर खीरी दे विच मारे गए किसानां दे परिवार नूं मिलना चाहुंदे हन। यूपी सरकार उन्हां दी मुलाकात दा प्रबंध करे। सहुरे की जमीन जायदाद ते जवाई नहीं कर सकता कानूनी अधिकार, हाईकोर्ट का वड्डा फैसला। केरल हाईकोर्ट ने कहा है कि जवाई अपने सहुरे की जमीन जायदाद ते किसी भी कानूनी अधिकार का दावेदार नहीं हो सकता। जस्टिस अनिल एन अनिल कुमार ते तल परंबा कनूर दे डेविस राफेल वालों सब कोर्ट बाई नूर आदेशों के सहुरे हैंडी थॉमस की जायदाद के दावे खारज करद अपील खारज करते हुए यह आदेश जारी किया। आसमान चूरा फेल नाल पहली बार नज़र आए स्कैल्प एयर क्रूज़ मिजाइल। भारतीय हवाई फौज ने पहली बार राफेल की स्कैल्प एयर क्रूज़ मिजाइल की फोटो साझी की। यह पहली बार है जदों राफेल अपनी एकीकृत अहम हथियार प्रणाली नाल नज़र आया है। स्कैल्प एयर क्रूज़ मिजाइल राफेल जहाज़ नूं हवा दे विच 500 किलोमीटर की दूरी तक हमला कर सकता है। मुख्यमंत्री चन्नी किसानां दे मुद्दयां नूं लैके राज्यपाल नूं मिले। लखमीपुर खीरी हिंसा मामले दे विच दोषियों खिलाफ़ तुरंत कार्रवाई की कीती मंग। मुख्यमंत्री चरणजीत चन्नी ने सोमवार नूं पंजाब दे राज्यपाल बनवारी लाल पुरोहित नूं अपने कैबिनेट साथियों समेत राजभवन दे विच किसानां दे महत्वपूर्ण मुद्दयां बारे विस्थारत मंग पत्र प्रधानमंत्री नरेंद्र मोदी नूं भेजण की अपील की। लखमीपुर खेड़ी दे विच हाल ही दे विच हुई हिंसा के पीड़ित परिवारों नूं न्याय यकीनी बनाने लई सख्त कदम पुट्टण की भी अपील की। मुख्यमंत्री ने मैमोरेंडम दे विच तीन खेती कानूनों नूं तुरंत समीक्षा करन अते रद्द करन दी लोड़ नूं दोहराया, जिस कारण किसानां दे विच नाराजगी है। डिप्टी सीएम सुखजिंदर रंधावा नूं काफले दे समेत यूपी पुलिस ने किया गिरफ्तार। लखमीपुर घटना नूं लैके पूरे देश दे किसानां दे विच रोस देखण नूं मिल रहा। इस घटना का जायजा लैण पंजाब दे डिप्टी सीएम सुखजिंदर रंधावा अपने साथियों के नाल लखमीपुर गए सन, जिते उन्होंने गिरफ़्तार कर लिया गया। इस गिरफ़्तारी की पुष्टि कुलबीर जीरा ने अपने फेसबुक पेज पर लाइव होकर दसी। उन्होंने गिरफ़्तार करने तो बाद सहारनपुर की पुलिस चौंकी के शाहजहाँपुर ले जाया गया, जितों लाइव होकर उन्होंने गलबात की। दस दी है जो डिप्टी सीएम ने लखमीपुर जाने की गल की तो उत्तर प्रदेश सरकार ने धारा 144 होने लागू होने के मद्देनज़र पंजाब के मुख्यमंत्री चन्नी उप मुख्यमंत्री सुखजिंदर सिंह रंधावा लखमीपुर खीरी विखे जाने की इजाजत देने तो इनकार कर दिता सी, क्योंकि 144 तारा लगी होने के कारण ज़्यादा लोगों का इकट्ठ नहीं किया जा सकता। भाजपा विधायक कमल गुप्ता नाल किसानों ने की हथों पाई पाड़े कपड़े। सो भाजपा के हिसार तो विधायक डॉक्टर कमल गुप्ता के नाल किसान नेतावान ने हथों पाई की। इन्हीं नेतावान ने कमल गुप्ता के कपड़े तक पाड़ दिए। पुलिस ने इस दौरान वड्डी मशक्कत तो बाद विधायक नूं रेस्ट हाउस तो बाहर कढ़िया ते गड्डी दे विच बिठा के सीधा उन्होंने घर लै गए। यह घटना शाम करीब 5:15 बजे की है। उत्तर प्रदेश के राकेश टिकैत ते गुरनाम चड़ूनी की गिरफ़्तारी के विरोध में किसान संगठन PWD रेस्ट हाउस में सोमवार शाम को बैठक कर रहे सन। अणजाण है कि किसान संगठन की रेस्ट हाउस के बैठक चल रही थी। भाजपा विधायक बैठक के पुजे सन। किसान खुद विचाले खुद नूं पा के विधायक भी हैरान हो गए। विधायक के नाल की गई बदसलूकी, किसानों ने रेस्ट हाउस के आके गेट बंद कर दिता। उस दे नाल बदसलूकी भी की। अंदोलनकारी किसानों ने विधायक के कपड़े तक पार दिते। सिद्धू मूसेवाला की फिल्म मूसे जट नूं सेंसर बोर्ड तो मंजूरी मिल गई है जी, जिस की फिल्म स्रोते उड़ीक कर रहे सन वह जल्दी ही पंजाब दे सिनेमा घरां दे विच रिलीज़ हो जाएगी। सरकारी जमीन ते काश्त ते कब्जा रखने वाले किसानों नूं मालकी दा
ਦਿੱਤਾ ਅਧਿਕਾਰ ਡੀ ਸੀ 1 ਜਨਵਰੀ 2020 ਤੱਕ 10 ਸਾਲ ਜਾਂ ਇਸ ਤੋਂ ਵੱਧ ਦੀ ਮਿਆਦ ਲਈ ਸਰਕਾਰੀ ਜ਼ਮੀਨ ਅਤੇ ਕਾਸ਼ਤ 'ਤੇ ਕਬਜ਼ਾ ਰੱਖਣ ਵਾਲੇ ਬੇਜ਼ਮੀਨੇ ਸ਼ਮਾਤ ਅਤੇ ਛੋਟੇ ਕਿਸਾਨਾਂ ਨੂੰ ਕਾਸ਼ਤਕਾਰਾਂ ਨੂੰ ਸਰਕਾਰੀ ਜ਼ਮੀਨ ਦੀ ਅਲਾਟਮੈਂਟ ਦੀ ਯੋਗ ਹੋਣ ਦਿੱਤੀ ਹੈ। ਜ਼ਮੀਨ ਦੀ ਅਲਾਟਮੈਂਟ ਦੇ ਸੰਬੰਧਿਤ ਉਪ ਮੰਡਲ ਮੈਜਿਸਟਰੇਟ ਦੇ ਕੋਲ ਬਿਨੈ ਕਰਨਾ ਵੀ ਜ਼ਰੂਰੀ ਹੈ। ਯੋਗ ਬਿਨੈਕਾਰ ਨੂੰ ਐਕਟ ਵਿੱਚ ਨਿਰਧਾਰਤ ਭੁਗਤਾਨ ਤੋਂ ਬਾਅਦ ਜ਼ਮੀਨ ਅਲਾਟ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਹਿੰਦਰਪਾਲ ਹੋਰਾਂ ਨੇ ਦਿੱਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬੇਜ਼ਮੀਨੇ ਦਰਮਿਆਨੇ ਅਤੇ ਛੋਟੇ ਕਿਸਾਨਾਂ ਦੀ ਭਲਾਈ ਲਈ ਦਾ ਪੰਜਾਬ ਵੈਲਫੇਅਰ ਐਂਡ ਸੈਟਲਮੈਂਟ ਆਫ ਲੈਂਡਸ ਮਾਰਜੀਨਲ ਐਂਡ ਸਮਾਲ ਇਕਿਉਪਮੈਂਟ ਫਾਰਮਰਸ ਅਲਾਉਂਟਮੈਂਟ ਦੀ ਆਗਿਆ ਦਿੱਤੀ ਗਈ ਹੈ। ਪਿਤਾ ਨੇ 2 ਪੁੱਤਰਾਂ ਦੇ ਨਾਲ ਨਹਿਰ ਦੇ ਵਿੱਚ ਮਾਰੀ ਛਾਲ, ਤਿੰਨਾਂ ਦੀ ਮੌਤ। ਅੰਮ੍ਰਿਤਸਰ ਦੇ ਵਿੱਚ ਇੱਕ ਪਿਤਾ ਨੇ ਐਤਵਾਰ ਰਾਤ ਨੂੰ ਆਪਣੇ 2 ਪੁੱਤਰਾਂ ਦੇ ਨਾਲ ਉਸਦਾ ਸਰੀਰ ਬੰਨ੍ਹ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਸੁਲਤਾਨਵਿੰਡ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਗੋਤੇਖੋਰਾਂ ਨੇ 13 ਘੰਟਿਆਂ ਦੇ ਬਾਅਦ ਲਾਸ਼ਾਂ ਨੂੰ ਲੱਭਿਆ, ਪਰ ਲਾਸ਼ਾਂ ਨੂੰ ਵੇਖ ਕੇ ਉੱਥੇ ਖੜ੍ਹੇ ਸਾਰੇ ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ ਆ ਗਏ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ, ਉਮਰ 38 ਸਾਲ, ਵਾਸੀ ਖੰਡਵਾਲਾ, ਵਜੋਂ ਹੋਈ। ਆਤਮਹੱਤਿਆ ਤੋਂ ਪਹਿਲਾਂ ਪਿਤਾ ਮਨਦੀਪ ਸਿੰਘ ਨੇ ਆਪਣੇ 2 ਪੁੱਤਰਾਂ ਗੁਰਪ੍ਰੀਤ ਸਿੰਘ, ਉਮਰ 7 ਸਾਲ, ਰੂਬਨ ਦੀਪ ਸਿੰਘ, ਉਮਰ 6.5 ਸਾਲ, ਦੇ ਸਰੀਰ ਦੇ ਨਾਲ ਪਰਨੇ ਦੇ ਨਾਲ ਬੰਨ੍ਹ ਦਿੱਤਾ। ਪੰਜਾਬ ਪੁਲਿਸ ਤੋਂ ਸੇਵਾ ਮੁਕਤ ਪਿਤਾ ਅਵਤਾਰ ਨੇ ਦੱਸਿਆ ਕਿ ਰਾਤ 7 ਵਜੇ ਉਹਨਾਂ ਦਾ ਬੇਟਾ ਮਨਦੀਪ ਆਪਣੇ 2 ਬੇਟਿਆਂ ਦੇ ਨਾਲ ਘਰੋਂ ਬਾਹਰ ਗਿਆ ਚਲਾ ਸੀ। ਸੁਪਰੀਮ ਕੋਰਟ ਨੇ ਕਿਹਾ ਦਾਅਵੇ ਦੇ 30 ਦਿਨਾਂ 'ਚੋਂ ਮਿਲੇਗੀ ਰਾਸ਼ੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੋਰੋਨਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50,000 ਰੁਪਏ ਮੁਆਵਜ਼ਾ ਰਾਸ਼ੀ ਦੇਣ 'ਤੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਮਨਜ਼ੂਰੀ ਦਿੱਤੀ ਆ। ਕੋਰਟ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲਾ ਮੁਆਵਜ਼ਾ ਦੂਜੀਆਂ ਕਲਿਆਣ ਯੋਜਨਾਵਾਂ ਤੋਂ ਵੱਖਰਾ ਹੋਵੇਗਾ। ਕੋਰਟ ਨੇ ਕਿਹਾ ਕਿ ਦਾਅਵੇ 'ਚੋਂ 30 ਦਿਨਾਂ ਦੇ ਅੰਦਰ ਅੰਦਰ ਭੁਗਤਾਨ ਕਰੇ ਸਰਕਾਰ। ਜ਼ਿਕਰਯੋਗ ਹੈ ਕਿ ਮੁਆਵਜ਼ੇ ਦੇ ਸੂਬੇ ਦੀ ਆਪਦਾ ਪ੍ਰਬੰਧਨ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਵੇਗਾ। ਜਸਟਿਸ ਐਮ ਆਰ ਸ਼ਾਹ ਨੇ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਕਿਹਾ ਮ੍ਰਿਤਕਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਅਤੇ ਕੋਰੋਨਾ ਦੇ ਨਾਲ ਮਰਨ ਵਾਲਿਆਂ ਨੂੰ 50,000 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਨਵੇਂ ਦਿਸਹੱਦੇ ਸਿਰਜ ਰਹੀਆਂ ਹਨ ਨਵਾਂਸ਼ਹਿਰ ਦੀਆਂ ਅੰਗਰੇਜ਼ੀ ਅਧਿਆਪਕਾਵਾਂ। ਸਿੱਖਿਆ ਵਿਭਾਗ ਤੋਂ ਇੱਕ ਪ੍ਰਤਿਭਾਵਾਨ ਅਧਿਆਪਕਾਂ ਦੀ ਪਰਮਾਰ ਗੱਲ ਕਰਨੀ ਬਣਦੀ ਹੈ। ਨਵਾਂਸ਼ਹਿਰ ਦੇ ਸਟੇਟ ਅਵਾਰਡ ਦੀ ਕਵਿਤਾ ਸੱਬਰਵਾਲ ਅੰਗਰੇਜ਼ੀ ਅਧਿਆਪਕ ਦੀ, ਜੋ ਕਿ ਸਹਿਸ ਅਲਾਚੌਰ ਦੀ ਆ। ਸੋ ਵਿਦਿਆਰਥੀਆਂ ਨੂੰ ਰੋਜ਼ਾਨਾ ਅੰਗਰੇਜ਼ੀ ਰੂਟ ਵਰਡ ਦਾ ਉਚਾਰਨ, ਸਹਿਤ ਗਿਆਨ ਦੇਣ ਦੇ ਉਪਰਾਲੇ ਬਾਰੇ ਕੌਣ ਨਹੀਂ ਉਹਨਾਂ ਦੇ ਬਾਰੇ ਜਾਣਦਾ। ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਪਹੁੰਚੇ CM ਚੰਨੀ, ਡੇਰਾ ਮੁਖੀ ਨਾਲ ਕੀਤੀ ਮੁਲਾਕਾਤ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਕੈਬਨਿਟ ਮੰਤਰੀ ਮੌਜੂਦ ਸਨ। ਹਾਲਾਂਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਚੰਨੀ ਡੇਰਾ ਬਿਆਸ ਆਉਂਦੇ ਜਾਂਦੇ ਰਹਿੰਦੇ ਸਨ। ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਚੌਪਰ ਰਾਹੀਂ ਕਰੀਬ 11:55 'ਚੋਂ ਡੇਰੇ ਦੇ ਅੰਦਰ ਬਣੇ ਹੈਲੀਪੈਡ ਦੇ ਉੱਤਰੇ ਅਤੇ ਸਿੱਧਾ ਡੇਰਾ ਮੁਖੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਉਹਨਾਂ ਦੀ ਰਿਹਾਇਸ਼ ਦੇ ਵਿੱਚ ਵੜ ਗਏ। ਟਰਾਂਸਪੋਰਟ ਮਾਫੀਆ ਦੇ ਖਤਮ ਹੋਣ ਦੀ ਸ਼ੁਰੂਆਤ ਹੋ ਗਈ ਹੈ, ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਜੀ। ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਥਾਨਕ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਬੱਸਾਂ ਦੇ ਗੈਰ ਕਾਨੂੰਨੀ ਸੰਚਾਲਨ ਦੇ ਵਿਰੁੱਧ ਕਾਰਵਾਈ ਕੀਤੀ। ਇਸ ਦੇ ਨਾਲ ਹੀ ਅਮਰ ਸ਼ਹੀਦ ਸੁਖਦੇਵ ਅੰਤਰਰਾਸ਼ਟਰੀ ਬੱਸ ਅੱਡੇ ਦੇ ਨੇੜੇ 4 ਤੇ 40 ਟੂਰਿਸਟ ਗੈਰ ਕਾਨੂੰਨੀ ਬੱਸਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਮੌਕੇ 'ਤੇ ਮੌਜੂਦ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬੱਸਾਂ ਦੇ ਗੈਰ ਕਾਨੂੰਨੀ ਸੰਚਾਲਨ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੁਖਬੀਰ ਬਾਦਲ ਦਾ ਕਾਂਗਰਸੀਆਂ ਅਤੇ ਅਕਾਲੀਆਂ ਨੇ ਝੰਡੀਆਂ ਲੈ ਕੇ ਪੋਸਟਰ ਲੈ ਕੇ ਕੀਤਾ ਵਿਰੋਧ, ਪੁਲਿਸ ਨੂੰ ਪਈਆਂ ਭਾਜੜਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਂਗਰਸੀਆਂ ਦੇ ਵੱਲੋਂ ਫੋਕਲ, ਹਾਂਜੀ